ਉਸਾਰੀ ਦੇ ਦੌਰਾਨ ਇੱਕ ਸ਼ੈਲਰ ਦੀ ਕੰਧ ਡਿੱਗ ਪਈ ਜਿਸ ਦੇ ਨਾਲ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਗੰਭੀਰ ਰੂਪ ਦੇ ਵਿੱਚ ਦੋ ਜਾਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਕੰਧ ਡਿੱਗਣ ਦੇ ਨਾਲ ਮਲਬੇ ਦੇ ਹੇਠਾਂ ਤਿੰਨ ਮਜ਼ਦੂਰ ਆ ਗਏ। ਸੁਨਾਮ ਦੇ ਪਿੰਡ ਕਣਕਵਾਲਾ ਭੰਗੂਆ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਉਸਾਰੀ ਦੇ ਅਧੀਨ ਸ਼ੈਲਰ ਦੀ ਕੰਧ ਡਿੱਗ ਪਈ। ਮਲਬੇ ਹੇਠਾਂ ਦੱਬਣ ਦੇ ਨਾਲ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਦੋ ਜ਼ਖਮੀ ਮਜ਼ਦੂਰਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਮਜ਼ਦੂਰ ਨੇਤਾਵਾਂ ਦੇ ਵੱਲੋਂ ਕਿਹਾ ਗਿਆ ਕਿ ਪੀੜਤ ਪਰਿਵਾਰਾਂ ਦੇ ਲਈ 50 ਲੱਖ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ। ਐਵੇਂ ਮਜ਼ਦੂਰਾਂ ਦੀ ਮੰਡੀ ਦਾ ਮਾਲ ਸਮਝ ਕੇ ਇਸ ਹਾਦਸੇ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ। ਤਾਂ ਦੱਸ ਦਈਏ ਕਿ ਉਸਾਰੀ ਦੇ ਅਧੀਨ ਇਹ ਇੱਕ ਕੰਧ ਡਿੱਗੀ ਹੈ ਸ਼ੈਲਰ ਦੀ ਔਰ ਮਲਬੇ ਦੇ ਹੇਠਾਂ ਤਿੰਨ ਮਜ਼ਦੂਰ ਆ ਗਏ ਜਿਨ੍ਹਾਂ ਦੀ ਦਰਦਨਾਕ ਮੌਤ ਹੋਈ ਹੈ। ਦੋ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਮਜ਼ਦੂਰ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਪੀੜਤਾਂ ਨੂੰ 50,000 ਅਤੇ ਇੱਕ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਤਾਂ ਸੁਨਾਮ ਦੇ ਪਿੰਡ ਕਣਕਵਾਲਾ ਭੰਗੂਆ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਉਸਾਰੀ ਅਧੀਨ ਇੱਕ ਸ਼ੈਲਰ ਦੀ ਕੰਧ ਡਿੱਗ ਪਈ। ਮਲਬੇ ਦੇ ਹੇਠਾਂ ਤਿੰਨ ਮਜ਼ਦੂਰ ਆ ਗਏ ਜਿਨ੍ਹਾਂ ਦੀ ਦਰਦਨਾਕ ਮੌਤ ਹੋਈ ਹੈ। ਇਹਨੇ ਨੂੰ ਦੋ ਜਾਣੇ ਪਾਣੀ ਪੀਣ ਗਏ ਹੋਏ ਸੀ ਇਸ ਕਰਕੇ ਉਹਨਾਂ ਦਾ ਬਚਾ ਰਿਹਾ। ਤਾਂ ਪੁਲਿਸ ਦਾ ਹਮੇਸ਼ਾ ਦੀ ਤਰ੍ਹਾਂ ਉਹੀ ਬਿਆਨ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਕਾਰਵਾਈ। ਪਰ ਇਹ ਮਜ਼ਦੂਰ ਸਨ ਜੋ ਦਿਹਾੜੀ ਜੋਤਾ ਕਰਕੇ ਆਪਣੇ ਪਰਿਵਾਰ ਨੂੰ ਪਾਲਦੇ ਸੀ ਤਾਂ ਉਹਨਾਂ ਦੀ ਦਰਦਨਾਕ ਮੌਤ ਹੋਈ ਹੈ। ਮਲਬੇ ਦੇ ਹੇਠਾਂ ਦੱਬਣ ਕਰਕੇ ਉਹਨਾਂ ਦਾ ਸਾਹ ਘੁੱਟ ਗਿਆ ਜਿਸ ਨਾਲ ਉਹਨਾਂ ਦੀ ਮੌਤ ਹੋਈ ਹੈ। ਤਾਂ ਦੱਸ ਦਈਏ ਕਿ ਸੁਨਾਮ ਦੇ ਪਿੰਡ ਕਣਕਵਾਲਾ ਭੰਗੂਆ ਦਾ ਇਹ ਪੂਰਾ ਮਾਮਲਾ ਹੈ। ਇਹ ਮੰਗ ਕਰਦੇ ਹਾਂ ਵੀ ਜਿਹੜੇ ਸ਼ੈਲਰ ਮਾਲਕ ਹੈ ਉਹਦੇ ਤੁਰੰਤ ਕਾਰਵਾਈ ਹੋਵੇ ਅਤੇ ਉੱਥੋਂ ਦੇ ਠੇਕੇਦਾਰ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਰਕਾਰ ਜਿੱਥੇ ਪਹਿਲੀਆਂ ਸਰਕਾਰਾਂ ਮਜ਼ਦੂਰਾਂ ਨੂੰ ਮਤੇਰੀ ਮਾਲ ਜਿਹੜਾ ਸਲੂਕ 'ਤੇ ਵਰਤ ਰਹੀਆਂ ਜੀ, ਪੰਜਾਬ ਦਾ ਮੁੱਖ ਮੰਤਰੀ ਉਦੋਂ ਵੀ ਨਿਕੰਮਾ ਸਾਬਤ ਹੋਇਆ। ਇੱਥੇ ਪਹਿਲਾਂ ਵੀ ਜਾਣੀ ਕਿ ਦਰਜਣਾ ਮਜ਼ਦੂਰ ਢਿੱਗਾਂ ਥੱਲੇ ਆ ਕੇ ਇਸ ਤਰ੍ਹਾਂ ਠੇਕੇਦਾਰਾਂ ਦੀ ਅਤੇ ਸਰਕਾਰ ਦੀ ਨਲਾਇਕੀ ਦੇ ਕਾਰਨ ਆ ਕੇ ਸਰਕਾਰ ਹਲੇ ਤੱਕ ਕੋਈ ਪਾਲਿਸੀ ਨਹੀਂ ਬਣਾ ਸਕੀ। ਅਸੀਂ ਕਹਿੰਦੇ ਹਾਂ ਵੀ ਅਸੀਂ ਮੰਗ ਕਰਦੇ ਹਾਂ 50 ਲੱਖ ਰੁਪਇਆ ਮੁਆਵਜ਼ਾ ਅਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਤੁਰੰਤ ਕਾਰਵਾਈ ਹੋ ਅਤੇ ਜੇ ਸਰਕਾਰ ਇਹਦੇ 'ਤੇ ਕੋਈ ਢਿੱਲ ਵਰਤਦੀ ਹੈ ਤਾਂ ਅਸੀਂ ਜਾਣੀ ਕਿ ਤਕੜਾ ਜਿਹੜਾ ਸੰਘਰਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰਾਂ ਨਾਲ ਇੱਕ ਵੀ ਹਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਜਿਹਦੇ ਕਰਕੇ ਉਹ ਸਮਝਦੇ ਨੇ ਇੱਥੇ ਮਜ਼ਦੂਰ ਕੋਈ ਸੀਵਰੇਜ 'ਚ ਡਿੱਗ ਕੇ ਮੌਤ ਹੋ ਜਾਂਦੀ ਹੈ। ਵੱਡੀਆਂ ਵੱਡੀਆਂ ਗੱਲਾਂ ਜਾਣੀ ਕਿ ਮੁੱਖ ਮੰਤਰੀ ਸਾਹਿਬ ਕਰਦੇ ਨੇ ਪਰ ਮਜ਼ਦੂਰਾਂ ਨਾਲ ਹਲੇ ਤੱਕ ਕੋਈ ਮੀਟਿੰਗ ਨਹੀਂ, ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਪਾਲਿਸੀ ਨਹੀਂ। ਉਹ ਜਾਣੀ ਕਿ ਸਾਨੂੰ ਮੰਡੀ ਦਾ ਮਾਲ ਸਮਝਦੇ ਨੇ ਵੀ ਜੇ ਕਿਤੇ ਕੋਈ ਇਹੋ ਜਿਹੇ ਘਟਨਾ ਨੇ ਜਿਹੜੀਆਂ ਵਾਪਰ ਗਈਆਂ ਤਾਂ ਉਹਦੇ 'ਤੇ ਕਿਸੇ ਨੂੰ ਭੋਗਾਂ ਤੱਕ ਦੇ ਪੈਸੇ ਦੇ ਕੇ ਟਿਕਾ ਦਿਓ, ਮਾੜਾ ਮੋਟਾ ਖਰਚਾ ਦੇ ਕੇ ਵੀ ਦੱਬ ਦੇਣਗੇ ਲੋਕ। ਇਸ ਕਰਕੇ ਉਹ ਮਜ਼ਦੂਰਾਂ ਨੂੰ ਜਾਣੀ ਕਿ ਮੰਡੀ ਦਾ ਮਾਲ ਸਮਝਦੇ ਅਤੇ ਮੈਂ ਨਿਖੇਧੀ ਕਰਦਾ ਇੱਥੋਂ ਦੇ ਮੁੱਖ ਮੰਤਰੀ ਦੀ, ਬਹੁਤ ਘਟੀਆ ਮੁੱਖ ਮੰਤਰੀ ਹੈ ਜਿਹੜਾ ਪਿਛਲੇ 2 ਸਾਲਾਂ ਤੋਂ 24 ਮਹੀਨਿਆਂ ਤੋਂ ਵੱਧ ਉਹਦੀ ਜਾਣੀ ਕਿ ਸਰਕਾਰ ਹੈ ਜਿਹੜੀ ਬਣੀ ਨੂੰ ਹੋ ਗਏ 28 ਮਹੀਨੇ, ਤਾਂ ਫਿਰ ਵੀ ਜਾਣੀ ਕਿ ਕੋਈ ਮਜ਼ਦੂਰਾਂ ਦੇ ਹੱਕ ਦੇ ਵਿੱਚ ਅੱਜ ਤੱਕ ਕੋਈ ਵੀ ਉਹਨਾਂ ਨੇ ਹੱਦ ਨਰਾਂ ਨਹੀਂ ਮਾਰਿਆ। ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ, ਸਾਨੂੰ ਪਤਾ ਵੀ ਸੰਘਰਸ਼ ਤੋਂ ਬਿਨਾਂ ਕੋਈ ਹੱਲ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਇੱਥੇ ਘਟੀ ਹੈ, ਸਰਕਾਰ ਘਟੀ ਹੈ ਅਤੇ ਉਹਦੇ ਲਈ ਅਸੀਂ ਮੰਗ ਕਰਦੇ ਹਾਂ ਵੀ 50 ਲੱਖ ਰੁਪਇਆ ਮੁਆਵਜ਼ਾ, ਇੱਕ ਪਰਿਵਾਰ ਨੂੰ ਨੌਕਰੀ। ਇਹ ਵੀ ਆਪਣੇ ਕਣਕਵਾਲ ਚਿਹਰਾ ਸੈਲਰ ਬਣਦੇ ਸੀ, 25-30 ਫੁੱਟ ਕੰਧ ਸੀ ਉੱਚੀ, ਇਹ ਮਜ਼ਦੂਰ ਉੱਥੇ ਕੰਮ ਕਰਦੇ ਸੀ। ਉਹ ਅਚਾਨਕ ਕੰਧ ਇਹਨਾਂ ਦੇ ਉੱਪਰ ਅੜ ਗਈ, 5 ਬੰਦੇ ਸੀ ਇਹ, 5 ਬੰਦੇ ਵਿੱਚੋਂ 3 ਸਪੈਰ ਹੋ ਗਏ ਅਤੇ 2 ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ।
ਬਹੁਤ ਹੀ ਗਰੀਬ ਪਰਿਵਾਰ ਨੇ, ਮਿਹਨਤ ਮਜ਼ਦੂਰੀ ਕਰਕੇ ਖਾਂਦੇ ਨੇ ਵਿਚਾਰੇ, ਬਹੁਤ ਅਸੀਂ ਗਰੀਬ ਪਰਿਵਾਰ ਹੈ ਜੀ। ਇੱਥੇ ਸ਼ੈਲਰ ਬਣ ਰਿਹਾ ਸੀਗਾ ਅਤੇ 25-26 ਫੁੱਟ ਉੱਚੀ ਕੰਧ ਸੀ, ਮਜ਼ਦੂਰ ਨੇ ਇੱਥੇ ਕੰਮ ਕਰ ਰਹੇ ਸੀ, ਪੜੀ ਸੀ। ਕਿੰਨੇ ਲੋਕਾਂ ਦੀ ਡੈਥ ਹੋ ਗਈ? ਇਹ 2 ਹੀਰੋ ਫੁੱਟ ਸੀ ਅਤੇ ਇੱਕ ਮੁੰਡਾ ਧਰਮਗੜ੍ਹ ਤੋਂ ਸੀਗਾ ਅਤੇ ਇੱਕ ਮੁੰਡਾ ਜਾਗਮੀ ਹੈ, ਉਹ ਪਾਟਿਆ। ਕੀ ਚਾਹੁੰਦੇ ਤੁਸੀਂ ਮਤਲਬ ਹੁਣ? ਅਸੀਂ ਸਰਕਾਰ ਤੋਂ ਇਹੀ ਮੰਗ ਚਾਹੁੰਦੇ ਜੀ, ਇਹ ਬਹੁਤ ਗਰੀਬ ਪਰਿਵਾਰ ਹੈ ਜੀ ਅਤੇ ਇਹਨਾਂ ਦੇ ਅੱਗੇ ਇੱਕ ਦੇ ਜਿਹੜੀ ਡੈਥ ਹੋਈ ਹੈ ਜੀ, 2 ਗੁੜੀਆਂ ਨੇ ਜੀ, ਉਹਦੇ 3 ਬੇਟੇ ਨੇਗੇ ਅਤੇ ਜਿਹੜਾ ਦੂਸਰਾ ਉਹਦੇ ਵੀ 2 ਗੁੜੀਆਂ ਨੇ ਜੀ। ਅਤੇ ਸਰਕਾਰ ਤੋਂ ਬਸ ਇਹੀ ਮੰਗ ਚਾਹੁੰਦੇ ਹਾਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ। ਆਪਣੇ ਕਣਕਾਂ ਤੋਂ ਮੰਗਵਾ ਉੱਥੇ ਨਵੇਂ ਸੈਲਰ ਵੀ ਉਸਾਰੀ ਕਰ ਰਹੇ ਜੀ, ਜਦੋਂ ਉਸਾਰੀ ਦੌਰਾਨ ਹੀ ਅੱਜ ਮਤਲਬ ਉਹ ਕੰਧ ਗਿਰ ਗਈ ਜੀ। ਕੰਧ ਦੇ ਥੱਲੇ ਜਿਹੜੇ ਮਤਲਬ ਮਜ਼ਦੂਰ ਕੰਮ ਕਰਦੇ ਉਹ ਮਤਲਬ 5 ਜਣੇ ਮਤਲਬ ਆ ਗਏ ਥੱਲੇ, ਜਿਹਨਾਂ 'ਚੋਂ 3 ਦੀ ਡੈਥ ਹੋ ਗਈ ਆ, 1 ਪਟਿਆਲੇ ਡੈਥ ਹੋ ਗਈ ਸੀ, 2 ਇੱਥੇ ਸੁਣਾ ਜੀ, ਅਤੇ 1 ਜ਼ਖਮੀ ਉੱਥੇ ਪਟਿਆਲੇ ਅਤੇ 1 ਇੱਥੇ ਸੁਣਾਉਣ ਲੱਗ ਗਏ। ਬਾਕੀ ਉਹਨਾਂ ਦੀ ਸਟੇਟਮੈਂਟ ਆ ਜੋ ਵੀ ਆ ਵਾਰਸ ਉਹਨਾਂ ਦੇ ਉਸ ਮੁਤਾਬਕ ਕਰ ਰਹੇ।